ਮੁਹੱਬਤ ਕੀ ਹੁੰਦੀ ਚੱਲਿਆ ਜੀ ਨੂੰ ਜੀ ਹੁੰਦੀ। ਅਸਲਾਮ ਵਾਲੇਕੁਮ ਜੀ ਆਇਆਂ ਨੂੰ ਤੇ ਕੀ ਹਾਲ ਚਾਲ ਹੈ ਸਾਰੇ ਭੈਣ ਭਰਾਵਾਂ ਦਾ। ਇਹ ਤੁਹਾਡਾ ਆਪਣਾ ਚੈਨਲ ਪੰਜਾਬੀ ਰਿਐਕਸ਼ਨ ਟੀਵੀ ਚੈਨਲ ਤੇ ਨਵੇਂ ਆਇਆ ਚੈਨਲ ਨੂੰ ਜਲਦੀ ਨਾਲ ਕਰ ਲਓ ਸਬਸਕ੍ਰਾਈਬ ਤੇ ਵੀਡੀਓ ਦੇ ਨਾਲ ਤੁਸੀਂ ਐਂਡ ਤੱਕ ਜੁੜੇ ਰਹਿਣਾ। ਤੇ ਅੱਜ ਅਸੀਂ ਰਿਐਕਸ਼ਨ ਕਰਨ ਜਾ ਰਹੇ ਹਾਂ ਨਾਸਰ ਮਦਨੀ ਦੇ ਉੱਤੇ, ਜਿਨ੍ਹਾਂ ਦੀ ਵੀਡੀਓ ਬੜੀਆਂ ਹੀ ਮਜ਼ੇਦਾਰ ਹੁੰਦੀਆਂ ਨੇ, ਬਹੁਤ ਹੀ ਮਜ਼ਾਹੀਆਂ ਗੱਲਾਂ ਕਰਦੇ ਨੇ ਤੇ ਨਾਲੇ ਇਹ ਮਿੱਠੀ ਮਿੱਠੀ ਬਿਸਤੀ ਵੀ ਕਰੀ ਜਾਂਦੇ ਨੇ ਤਮਾਮ ਲੜਕਿਆਂ ਦੀ ਜਿਹੜੇ ਕਿ ਉੱਥੇ ਮਹਿਫਿਲ ਦੇ ਵਿੱਚ ਬੈਠੇ ਹੁੰਦੇ ਨੇ। ਤੇ ਅੱਜ ਤੁਹਾਨੂੰ ਬੜਾ ਮਜ਼ਾ ਆਉਣ ਵਾਲਾ ਹੈ ਤੇ ਵੀਡੀਓ ਚੈੱਕ ਕਰਨੇ ਆ ਸਟਾਰਟ। ਤੇ ਤੁਸੀਂ ਵੀ ਦੱਸਣਾ ਕਮੈਂਟ ਕਰਕੇ ਕਿ ਵੀਡੀਓ ਦੇ ਉੱਤੇ ਸਾਡਾ ਕਿਹੋ ਜਿਹਾ ਰਿਐਕਸ਼ਨ ਲੱਗਿਆ ਹੈ ਤੁਹਾਨੂੰ। ਤੇ ਚਲੋ ਵੀਡੀਓ ਸਟਾਰਟ ਕਰਦੇ ਹਾਂ, ਨਹੀਂ ਤੇ ਡੇਢ ਘੰਟਾ ਹੋਣ ਵਾਲਾ ਵੇ। ਮੌਲਵੀ ਅੱਧਾ ਘੰਟਾ ਬੋਲ ਦੇਣੇ ਤੇ ਚਲੇ ਜਾਂਦੇ, ਪਰ ਮੈਂ ਵੇਖ ਲਓ ਡੇਢ ਘੰਟਾ ਹੋਣ ਵਾਲਾ ਏ ਤੇ ਮੈਂ ਕਦੋਂ ਦਾ ਬੋਲਣ ਦਿਆ। ਤੋਜੋ ਮੇਰੇ ਵੱਲ, ਡੇਢ ਘੰਟਾ ਹੋਣ ਵਾਲਾ ਏ, ਆ ਵੱਡੇ ਨੋਟ ਸਾਹਮਣੇ ਰੱਖੀ ਜਾਓ। ਮੌਲਵੀ ਨੂੰ ਹੌਸਲਾ ਰਹਿੰਦਾ ਹੈ। ਤੋਜੋ ਮੇਰੇ ਵੱਲ, ਅੱਲਾ ਜਾਣਦਾ ਜਿਹਨੇ ਆਪਣੇ ਹੱਥਾਂ ਦਾ ਨੋਟ ਏਡਾ ਅੰਤਰਾ ਕੱਢਿਆ ਹੈ, ਇਹਦੇ ਨਾਲ ਲਾਹੌਰ ਅੱਧਾ ਕਿਲੋ ਦਹੀਂ ਨਹੀਂ ਆਉਂਦਾ। ਸੱਚੀ ਗੱਲ ਤੇ ਹੈ ਤੇ ਵੇਖਣ ਵਾਲਾ ਆਉਂਦਾ ਖਰੇ ਮੌਲਵੀ ਨੂੰ ਰਿਆਲ ਲੱਭੇ। ਉਹ 75 ਦੇ ਨੋਟ ਦਾ ਰੰਗ ਵੀ ਇੰਦਾ ਹੀ ਹੈ। ਤੂੰ ਹੁਣ ਉਹ ਨੋਟ ਵੇਖਣ ਦਿਆਂ ਵਿੱਚੋਂ ਰਹਿੰਦੇ ਰਹਿੰਦੇ ਬਾਬਾ ਮੇਰਾ ਯਾਰ ਅੱਲਾ ਉਮਰ 'ਚ ਬਰਕਤ ਫਰਮਾਏ, ਬੱਚੇ ਨੇ ਮੁਹੱਬਤ ਕਰਨਾ ਹੈ। ਮੈਂ ਇਹਨਾਂ ਬੱਚਿਆਂ ਨੂੰ ਲਾੜ ਲੂੜ ਨਾਲ ਕਹਿ ਲੈਂਦਾ, ਹੋਰ ਕੋਈ ਇਹ ਬੱਚੇ ਕਿਸੇ ਦੀ ਸੁਣਦੇ ਨੇ। ਇਹਦੇ ਪਿਓ ਨੂੰ ਆਉਂਦੇ ਨੇ, ਪੁੱਤਰ ਪਾਣੀ ਪਿਆ ਲੈ ਤੈਨੂੰ ਹੁਣ ਤੈਨੂੰ ਪਾਣੀ ਪਿਆ। ਇਹਦੇ ਪਿਓ ਨੂੰ ਸਿੱਧੇ ਹੁੰਦੇ, ਇਹ ਮੇਰੀ ਮੁਹੱਬਤ ਹੈ। ਮੈਂ ਇਹਨਾਂ ਨੂੰ ਚੰਨ ਮੱਖਣ ਮਲਾਈ ਕਹਿੰਦਾ, ਡਾਂਟ ਵੀ ਲੈਂਦਾ, ਖੋਤਾ ਕਟਿੰਗ ਵੀ ਕਹਿ ਲੈਂਦਾ ਹੈ, ਤੇ ਫਿਰ ਬੱਚੇ ਕਰਾਉਂਦੇ ਵੀ ਨਹੀਂ। ਅੱਜ ਇਹਨਾਂ ਨੂੰ ਮੈਂ ਡੱਕਦਾ ਫਿਰ ਕਰਾਉਂਦੇ ਵੀ ਨਹੀਂ। ਬੋਲੋ ਫਿਰ ਨਹੀਂ ਕਰਾਉਂਦੇ? ਆਹ ਕਟਿੰਗ ਜਿਹੜੀ ਨੇ ਚੰਗੀ ਕਰਾਇਆ ਕਰੋ। ਅੱਛਾ, ਕਈਆਂ ਮੁੰਡਿਆਂ ਦਾ ਮੂੰਹ ਅੱਗੇ ਚੂਸੀ ਅੰਬੀ ਤਰ੍ਹਾਂ ਹੁੰਦਾ, ਉਹ ਹੋਰ ਇੰਜ ਦੀ ਕਟਿੰਗ ਕਰਾਉਂਦੇ ਨੇ, ਦੌਲੇ ਸ਼ਾਹ ਦਾ ਚੂਹਾ ਲੱਗਦਾ। ਸੱਚੀ ਗੱਲ ਕਰ, ਮੈਂ ਸੱਚੀ ਗੱਲ ਕਰ, ਹਾਂ ਜੀ। ਆਹ ਕਸਮੇ ਵੇਖ, ਤਾਏ ਦੇ ਚਿਹਰੇ ਤਜੇ ਨੂਰ ਬਰਸਦਾ ਹੈ। ਆਹ ਤਾਇਆ ਇੱਥੇ ਬੈਠਾ ਸੀ, ਉਹ ਨੁੱਕਰ ਤੇ ਚਿਹਰੇ ਤਜੇ ਨੂਰ, ਆਹ ਨੰਬਰਦਾਰ ਦਾ ਚਿਹਰਾ ਲਾਲ। ਕਸਮੇ ਇੱਧਰ ਵੇਖ, ਆਹ ਨੂਰ ਬਰਸਦੇ, ਆਹ ਵੇਖ ਚੰਦ ਦਾ ਚਿਹਰਾ ਐਂ ਚਮਕਣ ਦਿਆ। ਕੀ ਵਜ੍ਹਾ, ਇਹਨਾਂ ਬਚਪਨ 'ਚ ਮੋਬਾਈਲ ਨਹੀਂ ਚਲਾਇਆ। ਆਹ ਜਿਹੜੀ ਨਿਊ ਨਸਲ ਨਾ, ਮਾਂ ਪਿਓ ਦਾ ਦੇਣ ਨਹੀਂ ਦੇ ਸਕਦੀ। ਸਾਡੀਆਂ ਮਾਵਾਂ, ਅਸਾਂ ਜ਼ਿੱਦ ਕਰਨੀ, ਤੁਹਾਡਾ ਕੀ ਨਾਮ ਸੀ? ਇਹ ਬਿਲੂ ਸੂਟ ਭਾਈ ਸਾਜਦ ਸਾਹਿਬ, ਵੈਲ ਡਰੈਸ, ਬੜਾ ਸੋਹਣਾ ਸੂਟ ਪਾਇਆ। ਗੱਲ ਬੜੀ ਵੱਡੀ, ਮੈਨੂੰ 25-26 ਸਾਲ ਹੋ ਗਏ, ਮੈਂ ਆਪਣੀ ਮਾਂ ਨੂੰ ਕਹਿਣਾ ਅੰਮਾ ਸਾਨੂੰ ਆਹ ਚੀਜ਼ ਲੈ ਦੇ, ਅਤੇ ਮਾਂ ਪਿਓ ਨੇ ਬੜੀ ਛਾਲ ਮਾਰਨੀ ਅਤੇ ਰੁਪਈਏ ਧੇਲੀ ਦਾ ਇੱਕ ਛਣਕਣਾ ਲੈ ਦੇਣਾ, ਲੈ ਵਜਾਉਂਦੇ ਰਹੋ। ਹਾਂਜੀ, ਆਹ ਪਲਾਸਟਿਕ ਸਿਲਵਰ ਦਾ ਛਲਕਣਾ ਹੁੰਦਾ ਸੀ, ਉਹ ਵਜਾਉਂਦੇ ਰਹਿਣਾ, ਜਾਂ ਘੁੱਗੂ ਘੋੜੇ ਹੋਣੇ ਅਤੇ ਜਾਂ ਉਹ ਇੱਕ ਕਿੜਕਿੜ ਹੁੰਦੀ, ਉਹ ਬੋਲੋ ਹੈ ਟਿਕ ਟਿਕ, ਉਹ ਮਿੱਟੀ ਦੀ ਹੁੰਦੀ ਸੀ ਅਤੇ ਉਹਦੇ ਉੱਤੇ ਉਹਨਾਂ ਨੇ ਆਹ ਅਤੇ ਉਹਨੂੰ ਕਿਸ ਉਹ ਜੇ ਕਿਸੇ ਕੋਲ ਕੱਖ ਨਾ ਨਾ ਹੋਣਾ ਅਤੇ ਘਰੋਂ ਸਾਈਕਲ ਦਾ ਟਾਇਰ ਲਾ ਕੇ ਉਹੀ ਪਜਾਉਂਦੇ ਅਤੇ ਜਦੋਂ ਮੀਂਹ ਪੈਣਾ ਅਤੇ ਕੱਚੀ ਗਲੀ 'ਚ ਘੀਸੀਆਂ ਲੈਣੀਆਂ। ਲੈ ਆਹ ਸਾਡੀਆਂ ਪਾਰਕਾਂ ਹੁੰਦੀਆਂ ਸੀ, ਬੋਲੋ ਇੰਝ ਸੀ। ਆਹ ਹੁਣ ਮੁੰਡੇ ਆਉਂਦੇ ਨੇ, ਲੈ ਸਾਨੂੰ ਮਾਂ ਪਿਓ ਨੇ ਦਿੱਤਾ ਕਿ ਆਹ 2.5 ਲੱਖ ਦਾ ਤੁਹਾਨੂੰ ਮੋਬਾਈਲ, 2 ਲੱਖ ਦਾ ਲੈਤਾ, ਹੋਰ ਤੁਹਾਨੂੰ ਮੋਹਰਾ ਦੇਣ। ਇਸ ਉਮਰ 'ਚ ਸਾਨੂੰ ਤਾਂ ਰੁਪਈਆ ਨਹੀਂ ਲੱਭਦਾ, ਕਿਉਂ ਤਾਂ ਕਸਮ ਖਾ ਲੱਭਦਾ ਸੀ, ਬੋਲੋ ਲੱਭਦਾ। ਉਂਝ ਵੈਸੇ ਮੈਂ ਤੁਹਾਨੂੰ ਦੱਸਾਂ, ਆਹ ਰਾਣਿਆਂ ਦੇ ਬਲਮ ਲੱਭ ਲੁੱਭ ਜਾਂਦਾ, ਕਿਉਂਕਿ ਪਿਓ ਦੀ ਜਗ੍ਹਾ ਵੇਚ ਵੇਚ ਕੇ ਖਾਈ ਆਉਂਦੇ ਨੇ, ਇਹਨਾਂ ਨੂੰ ਤਾਂ ਲੱਭ ਜਾਂਦੇ ਨੇ, ਕਿਉਂ ਸੱਚੀ ਗੱਲ, ਜਾਇਦਾਦਾਂ ਵੇਚ ਕੇ ਖਾਧੀ ਆਉਂਦੇ। ਜਿੱਦਣ ਆਪ ਬਣਾਓਗੇ ਲੱਗ ਪਤਾ ਜਾਊ, ਪਰ ਮੈਂ ਰਾਣਿਆਂ ਤੇ ਜੱਟਾਂ ਤੇ ਰਾਈਆਂ ਨੂੰ ਕਵਾਂਗਾ,
ਜਿਹੜਾ ਵੱਡਿਆਂ ਦੀ ਜ਼ਮੀਨ ਵੇਚ ਕੇ ਖਾ ਰਹੇ ਨਮਕ ਰਾਮ ਨਾ ਬਣਿਆ ਜੇ ਅੱਠੀ ਦਿਨੀ ਕਬਰ ਤੇ ਵੀ ਜਾਇਆ ਕਰੋ। ਆਪਣੇ ਵੱਡਿਆਂ ਦੀ ਕਬਰ ਤੇ ਵੀ ਜਾਇਆ ਕਰੋ। ਉਹਨੂੰ ਆਹ ਦਾਦਾ ਭਲਾ ਹੋਵੇ, ਕਿੱਲੇ ਸਾਂਭ ਕੇ ਸਾਡੇ ਲਈ ਰੱਖ ਗਿਆ, ਅਸੀਂ ਮੌਜਾਂ ਕਰਦੇ ਪਏ ਹਾਂ। ਲੈਂਡ ਕਰੂਜ਼ਰ VA TX TZ ਫੋਰਚੂਨਰ BMW 4-ring ਓਡੀ ਅਲਟਸ ਕਲਟਸ ਰੇਂਜ ਰੋਵਰ ਲੈਕਸੀ GMC ਅਮੈਰੀਕਨ ਕੀਆ ਸਪੋਰਟਜ ਹੋਂਡਾ ਸਵਿਫਟ ਟੋਯੋਟਾ ਕਰੋਲਾ ਹੈ ਸਾਬਣ ਦਾ ਨਹੀਂ ਮਹਿਰਾਨ। ਕਿੰਨੀਆਂ ਗੱਡੀਆਂ, ਇਹ ਸਭ ਮਾਂ ਪਿਓ ਦੀ ਕਮਾਈ ਦੀਆਂ। ਬੋਲੋ ਕਿਹਦੀਆਂ ਨੇ। ਹੁਣ ਮੈਂ ਦੁਬਾਰਾ ਸ਼ੇਰ ਪੜ੍ਹਨਾ, ਸੁਬਾਨਲਾ ਦੀ ਗੂੰਜ ਪੈ ਜਾਵੇ, ਜੇ ਨਾ ਪੜ੍ਹਿਆ ਤਾਂ ਮੈਂ ਸ਼ੇਰ ਨਹੀਂ ਪੜ੍ਹਨਾ। ਕਾਪ ਕੱਖਾਂ ਦੀਆਂ ਕੁਲੀਆਂ ਰਹਿਣ ਖੜੀਆਂ, ਉਹ ਚੁਣੇ ਗੱਚ ਹਵੇਲੀਆਂ ਟੈ ਜਾਂਦੀਆਂ, ਦਿਨ ਔਕੜੇ ਸੌਕੜੇ ਲੰਘੇ ਜਾਂਦੇ ਹੋਏ, ਉਹ ਗੱਲਾਂ ਸੱਜਣ ਦੀਆਂ ਹਮੇਸ਼ਾ ਯਾਦ ਰਹਿੰਦੀਆਂ, ਦਿਨ ਔਖੜੇ ਸੌਖੜੇ ਲੰਘ ਜਾਂਦੇ। ਫਿਰ ਤੁਸੀਂ ਥੋੜਾ ਜਿਹਾ ਪਿੱਛਾ ਹੋ ਜਾਓ ਨਾ, ਇਧਰ ਬੰਦੇ ਫਿਰ ਅੱਗੇ ਹੁੰਦੇ ਜਾਂਦੇ ਨੇ। ਸੁਭਾਨ ਅੱਲਾਹ, ਕਹਿਣ ਵਾਲੀ ਤੇ ਕੋਈ ਗੱਲ ਹੈ ਹੀ ਨਹੀਂ। ਮਾਸ਼ਾਅੱਲਾ, ਤੇ ਬੰਦਿਆਂ ਨੂੰ ਨਜ਼ਰ ਨਹੀਂ ਆ ਰਿਹਾ, ਥੋੜਾ ਜਿਹਾ ਬੈਕ ਮਾਰੋ, ਤੁਸੀਂ ਹੌਲੀ ਹੌਲੀ ਗਾਂਹ ਤੁਰੇ ਆਉਂਦੇ ਜੇ। ਬੋਲੋ, ਦਿਨ ਔਖੜੇ ਸੌਖੜੇ ਲੰਘ ਜਾਂਦੇ, ਗੱਲਾਂ ਆਪਣਿਆਂ ਦੀਆਂ ਹਮੇਸ਼ਾ ਯਾਦ ਰਹਿੰਦੀਆਂ। ਜਿਹੜੇ ਮੈਨੂੰ ਲਫ਼ਜ਼ ਕਹਾਂਗਾ ਧਿਆਨ ਕਰਿਆ ਜੇ, ਮੇਰੇ ਕਮਲੀ ਵਾਲੇ ਦਾ ਜਿਹੜੇ ਵੇਲੇ ਨਾਂ ਪੁੱਛਿਆ ਦਾਦੇ ਨੇ। ਹਾਂਜੀ, ਤੇ ਇਹ ਸੀ ਸਾਡੀ ਅੱਜ ਦੀ ਵੀਡੀਓ। ਉਮੀਦ ਕਰੇ ਤੁਹਾਨੂੰ ਮਜ਼ਾ ਆਇਆ ਹੈਗਾ। ਮੇਰਾ ਤੇ ਹੱਸ ਹੱਸ ਕੇ ਬੁਰਾ ਹਾਲ ਹੈ ਕਿ ਸਹੀ ਮਤਲਬ ਗੱਲਾਂ ਕੁਛ ਕਿਹਾ ਗਿਆ ਸੀ ਸਹੀ, ਕਿ ਦੱਸਦੇ ਪਏ ਨੇਗੇ ਆ ਖੋਤਾ ਕਟਿੰਗ ਫਲਾਂ ਟਮਕਾਨਾ ਦੀ ਕਾਫੀ ਮਸੀਰ ਜਿਹੜਾ ਵੀਡੀਓ ਦਾ ਗੱਲ ਹੈਗੀ, ਇਹਨਾਂ ਦੀ ਕਾਫੀ ਮਸ਼ਹੂਰ ਹੋਈ ਸੀ ਪਿਛਲੇ ਦਿਨਾਂ ਦੇ ਵਿੱਚ, ਤੇ ਬੜੀ ਕਮਾਲ ਦੀ ਮਜ਼ਾਕੀਆਂ ਗੱਲਾਂ ਕਰਦੇ ਨੇ, ਤੇ ਜਿਹੜਾ ਕਿ ਇਹਨਾਂ ਨੇ ਲਾਸਟ ਉੱਤੇ ਸ਼ੇਅਰ ਬੋਲਿਆ ਵੀ, ਤੇ ਮੈਨੂੰ ਤੇ ਨੀ ਵੈਸੇ ਲੱਗਾ ਕਿ ਇਹਦੇ ਵਿੱਚ ਕੋਈ ਸੁਭਾਨ ਅੱਲਾਹ ਕਹਿਣ ਵਾਲੀ ਗੱਲ ਹੈਗੀ ਸੀ, ਤੇ ਬਸ ਦੁਨੀਆ ਹੈ ਜਿੱਥੇ ਲੱਗੇ ਲੱਗੇ ਲੋ, ਤੇ ਬਸ ਫਨੀ ਹੈਗੇ ਸੀ ਇਹਨਾਂ ਦੀਆਂ ਮਤਲਬ ਗੱਲਾਂ, ਮਜ਼ਾਕ ਹੀ ਹੈਗੀਆਂ ਨੇ। ਬਾਕੀ ਦੀਨ ਦੇ ਬਾਰੇ ਮੈਨੂੰ ਤੇ ਨਹੀਂ ਕੁਛ ਇਹਨਾਂ ਦਾ ਕੋਈ ਸਮਝ ਲੱਗੀ, ਤੇ ਬੜਾ ਜ਼ਬਰਦਸਤ ਕਮਾਲ ਹੁੰਦੀਆਂ ਇਹਨਾਂ ਦੀਆਂ ਗੱਲਾਂ ਹੁੰਦੀਆਂ ਨੇ, ਤੇ ਮਜ਼ਾਕ ਹੀ ਆ ਗੱਲਾਂ ਨੇ, ਮਤਲਬ ਦੁਨੀਆ ਤੋਂ ਲੈ ਕੇ ਨਾ ਦੁਨੀਆ ਤੋਂ ਰਿਲੇਟਿਡ ਥੋੜੀ ਇਹ ਗੱਲਾਂ ਕੱਢ ਲੈਂਦੇ ਨੇ, ਤੇ ਕਿ ਮਤਲਬ ਦੁਨੀਆ ਦੇ ਵਿੱਚ ਕਿਸ ਮਾਂ ਬਾਪ ਦਾ ਸਲੂਕ ਦੇ ਬਾਰੇ ਜਾਂ ਐਤਰਾਮ ਦੇ ਬਾਰੇ ਜਾਂ ਗੱਲਾਂ ਕਾਫੀ ਅੱਛੀਆਂ ਅੱਛੀਆਂ ਵੀ ਦੱਸ ਜਾਂਦੇ ਨੇ, ਮਜ਼ਾਕ ਮਜ਼ਾਕ ਦੀ ਬਿਸਤੀ ਵੀ ਕਰ ਦਿੰਦੇ ਨੇ। ਤੇ ਬਹਰਹਾਲ ਐਸੀ ਸਾਡੀ ਅੱਜ ਦੀ ਵੀਡੀਓ, ਤੇ ਉਹੀ ਗੱਲ, ਚੈਨਲ ਤੇ ਨਵੇਂ ਤੇ ਚੈਨਲ ਨੂੰ ਕਰ ਲਓ ਸਬਸਕ੍ਰਾਈਬ, ਤੇ ਇੱਕ ਪਿਆਰਾ ਜਿਹਾ ਲਾਈਕ ਕਰਕੇ ਜਾਣਾ, ਕਮੈਂਟ ਕਰਕੇ ਜਾਣਾ, ਤੇ ਵੀਡੀਓ ਨੂੰ ਅੱਗੇ ਸ਼ੇਅਰ ਕਰਨਾ, ਤੇ ਮਿਲਦੇ ਆ ਨਵੀਂ ਵੀਡੀਓ ਦੇ ਵਿੱਚ। ਉਦੋਂ ਤੱਕ ਲਈ ਅੱਲਾਹ ਹਾਫਿਜ਼।